वाहेगुरु जी का खालसा वाहेगुरु जी की फतेह। गुरु नानक देव जी बचपन तो ही कौतक दिखाने शुरू कर दिए।
लेकिन उस समय के जो लोग सी चाहे वह नवाब सी अमीर सी गरीब सी थोड़ी समझ घट आती होंगी है कि कुदरती है क्योंकि जी इस तरह दक्तियां वह परता भी पा के आखिया ने ते गुरु नानक साहब जी का किया हुआ शुरू मिशन एक जन्म पूरा नहीं हो दस जन्म उन्होंने लंघ गए उस तो अपरंत मिशन पूरा होया फिर सामने आए साहब श्री गुरु ग्रंथ साहब जी मिले दस जन्मों तो बाद उन्होंने मिशन की सानू प्राप्ति होती है जे असी सिख धर्म की स्टडी को गौर पढ़ते हैं देखते हैं तो सानू ज्ञान होता है कि साहब श्री गुरु नानक देव जी की पूर्ण देशी उदों सी ਕਿੰਨਾ ਲੰਬਾ ਸਫ਼ਰ ਚੱਲ ਕੇ ਮੈਂ ਇਸ ਸ੍ਰਿਸ਼ਟੀ ਦੇ ਉੱਤੇ ਕੁਛ ਦੇਣਾ ਹੈ ਅਤੇ ਉਹਨਾਂ ਨੇ ਜੋ ਦਿੱਤਾ ਅੱਜ ਪੂਰੀ ਦੁਨੀਆ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਮੁਕਾਬਲਾ ਨਹੀਂ ਹੈ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਮਹਾਂਪੁਰਖ ਧਰਮ ਬਾਬਾ ਰਾਮ ਸਿੰਘ ਜੀ ਉਹ ਚਲੇ ਗਏ ਲੇਕਿਨ ਜਿੰਨਿਆਂ ਨੇ ਉਹਨਾਂ ਦੀ ਸੰਗਤ ਕੀਤੀ ਆਪਾਂ ਗੱਲ ਕਰਦੇ ਹਾਂ ਇੱਕ ਮਹਾਂਪੁਰਖ ਨੂੰ ਅੱਗੇ ਆਪ ਪੈਦਾ ਕਰਕੇ ਜਾਂਦਾ ਹੈ लेकिन जिन्हें ने धन धन बाबा राम सिंह जी की संगत की उन्होंने किन्ने नाम नाम जोड़े नाम ही हो गए धन धन बाबा ईश्वर सिंह जी धन धन बाबा हजूरा सिंह जी संत बाबा सुजान सिंह जी दिल्ली वाले धन धन बाबा खेम सिंह जी बाबा नरेंद्र सिंह जी होर अनेक नाम ने जोड़े नाम ही हो गए तो बाकी जोड़े नामी नहीं हुए वो अपने घर के अपना जीवन जीवन चलाया जाता है वो शरीर की कोई परवाह नहीं करते जो परवाह करते हैं तो अपने मिशन ही करते हैं क्यों क्योंकि इस गल विश्वास है कि साडा पुनर्जन्म है असं बार बार जन्म लेके अपने मिशन को पूरा करना ਇਸੇ ਤਰ੍ਹਾਂ ਇਹਨਾਂ ਮਹਾਂਪੁਰਖਾਂ ਦੇ ਅੰਦਰ ਵੀ ਮਿਸ਼ਨ ਸੀ ਮੈਨੂੰ ਪੁਰਾਣੀ ਯਾਦ ਹੈ 84 ਦੇ ਗੁਰੂ ਕ੍ਰਿਸ਼ਨ ਵੇਲੇ ਮੈਂ ਚੰਡੀਗੜ੍ਹ ਕਾਲਜ ਪੜ੍ਹਦਾ ਸੀ ਕਾਲਜ ਬੰਦ ਹੋ ਗਿਆ ਅਤੇ ਮੈਨੂੰ ਉੱਥੇ ਬਾਬਾ ਜੀ ਕੋਲ ਆਉਣ ਦਾ ਮੌਕਾ ਮਿਲਿਆ ਉਦੋਂ ਥੋੜ੍ਹੀ ਸੰਗਤ ਹੁੰਦੀ ਸੀ ਮਾਤਾ ਜੀ ਸਨ ਅਤੇ ਬੱਚੇ ਸਨ ਮੋਹਨ ਸਿੰਘ ਵੀ ਛੋਟੀ ਸੀ ਉਦੋਂ ਅਤੇ ਉਦੋਂ ਬਾਬਾ ਜੀ ਨੇ ਇੱਕ ਮੈਪ ਮੰਗਵਾਇਆ ਅੱਗੇ ਰੱਖਤਾ ਕਹਿੰਦੇ ਇਹਦੇ ਉੱਤੇ ਲਹਿਣਾ ਮਹਾਂਪੁਰਖਾਂ ਨੇ ਮਾਇਆ ਰੋਲ ਨਹੀਂ ਛੱਡਿਆ ਕਿਤੇ ਕਿਤੇ ਉਹਨਾਂ ਨੇ ਕੌਤਕ ਨਹੀਂ ਵਰਤਾਈ ਉਹਨਾਂ ਦੇ ਇੱਕ ਕੌਤਕ ਨੂੰ ਐਕਸਪਲੇਨ ਕਰਨਾ ਬੜਾ ਲੰਬਾ ਹੋ ਜਾਂਦਾ ਇਸ ਲਈ ਮੈਂ ਕੌਤਕ ਨਾਲ ਨਹੀਂ ਐਕਸਪਲੇਨ ਕਰ ਸਕਦਾ ਇਹਨਾਂ ਦੀ ਗੱਲਾਂ ਦੀ ਗਵਾਹੀ ਗੁਰਮੀਤ ਸਿੰਘ ਅੱਜ ਹਾਜ਼ਰ ਨੇ ਸਾਡੇ ਵਿੱਚ ਉਹ ਨਾਲ ਹੁੰਦੇ ਸੀ ਉਹਨਾਂ ਨੇ ਹਰ ਇੱਕ ਚੀਜ਼ ਨਾਲ ਹੋ ਕੇ ਦੇਖੀ ਹੈ ਅਤੇ ਮੈਂ ਗੱਲ ਕਰਨੀ ਚਾਹੁੰਦਾ ਸੀ ਬਾਬਾ ਜੀ ਦੇ ਬਚਪਨ ਦੀ ਬਾਬਾ ਜੀ ਬਚਪਨ ਤੋਂ ਹੀ ਭਗਤ ਸੀ ਕਿਉਂਕਿ ਬਾਬਾ ਜੀ ਨੇ ਬਾਬਾ ਹਰੂਆ ਸਿੰਘ ਜੀ ਨੇ ਕਿਹਾ ਸੀ ਕਿ 100 ਜਨਮ ਤੋਂ ਭਗਤ ਬਾਬਾ ਜੀ ਦਾ ਜਨਮ ਬਾਂਸ ਬਾਬਾ ਆਲੀ ਸਿੰਘ ਅਤੇ ਬਾਬਾ ਮਾਲੀ ਸਿੰਘ ਦਸਵੇਂ ਪਾਤਸ਼ਾਹ ਦੇ ਸਿੰਘ ਹੋਏ ਨੇ ਉਹਨਾਂ ਦੀ ਬਾਂਸ ਦੇ ਵਿੱਚ ਬਾਬਾ ਗੁਰਦਿਆਲ ਸਿੰਘ ਇਹਨਾਂ ਦੇ ਦਾਦਾ ਜੀ ਸਨ ਅਤੇ ਮਾਤਾ ਸੁਖਵਰਨ ਕੌਰ ਇਹਨਾਂ ਦੇ ਮਾਤਾ ਜੀ ਅਤੇ ਸਰਦਾਰ ਸਰਜੰਤ ਸਿੰਘ ਜੀ ਇਹਨਾਂ ਦੇ ਪਿਤਾ ਜੀ ਅਤੇ ਉਸ ਬਾਂਸ ਦੇ ਵਿੱਚ ਹੋਏ ਅਤੇ ਘਰ ਦੇ ਅੰਦਰ ਰੁਝਾਨ ਸੀ ਜੀ ਕਿਉਂਕਿ ਪਰਿਵਾਰ ਸੰਤਾਲੀ ਦੀ ਵੰਡ ਤੋਂ ਬਾਅਦ ਲੋਕ ਥੋੜ੍ਹੇ ਜਿਹੇ ਬਹਿਲੇ ਹੋਏ ਸੀ ਇਹਨਾਂ ਦਾ ਜਨਮ 2 ਫਰਵਰੀ 1951 ਨੂੰ ਹੋਇਆ ਪਿੰਡ ਸਿੰਘਾਂ ਦੀ ਸੋਚ ਵਿੱਚ ਇਹ ਲੋਕਾਂ ਦੇ ਉੱਤੇ ਪ੍ਰਭਾਵ ਹੋਣ ਕਾਰਨ ਇੱਕ ਦਹਿਸ਼ਤ ਦਾ ਮਾਹੌਲ ਸੀ ਲੋਕ ਧਾਰਮਿਕ ਪ੍ਰਵਿਰਤੀ ਵੱਲ ਜ਼ਿਆਦਾ ਸੀ ਇਹਨਾਂ ਦੀ ਮਾਤਾ ਨੇ ਜਾ ਕੇ ਦਰਬਾਰ ਸਾਹਿਬ ਅਰਦਾਸ ਕੀਤੀ ਵੀ ਮਹਾਰਾਜ ਜੇ ਬੇਟਾ ਦੇਣਾ ਤਾਂ ਇਹੋ ਜਿਹਾ ਦੇ ਇਹੋ ਜਿਹਾ ਕੋਈ ਸੂਰਮਾ ਹੋਵੇ ਕੋਈ ਭਗਤ ਹੋਵੇ ਉਹਦੇ ਬੇਅਥਾਹ ਗੁਣ ਹੋਣੇ ਕੋਲ ਨਹੀਂ ਸਾਨੂੰ ਕੋਈ ਹੋਣੀ ਕਿਉਂਕਿ ਉਹ ਬੜੇ ਨਾ ਮਾਤਾ ਜੀ ਕੋਰੇ ਸੁਭਾਅ ਦੇ ਸਨ ਉਹਨਾਂ ਦੇ ਸੁਭਾਅ ਦੇ ਵਿੱਚ ਕੋਈ ਬਹੁਤਾ ਮਿਠਾਸ ਨਹੀਂ ਸੀ ਰੱਖਦੇ ਕੋਰਾ ਸੀ ਪਰ ਬੜੇ ਸੱਚੇ ਸੀ ਉਹ ਅਤੇ ਉਹਨਾਂ ਦੀ ਇਹ ਬੇਨਤੀ ਜਦੋਂ ਪ੍ਰਵਾਨ ਹੋਈ ਤਾਂ ਉਹਨਾਂ ਦੇ ਘਰੇ ਬਾਬਾ ਜੀ ਦਾ ਜਨਮ ਹੋਇਆ ਮੈਂ ਘਰ ਨੂੰ ਨੇੜੇ ਲਾਉਣਾ ਹੈ ਬਾਬਾ ਜੀ ਦੇ ਉਸ ਟਾਈਮ ਬਾਬਾ ਜੀ ਤੋਂ ਬਾਅਦ ਭਰਾ ਦਿਆਲ ਸਿੰਘ ਅਤੇ ਭੈਣ ਮਨਜੀਤ ਕੌਰ ਉਹ ਸੀਗੇ ਅਤੇ ਬਾਬਾ
बाबा जी का बचपन जो गुजरता गया तो बाबा जी ने बचपन के बीच इस तरह के कौतक करने शुरू कर दिए कि एक इन्होंने आठवीं जमात की घटना जिस तो बाद इन्होंने पढ़ना बंद किया। इन्हों का हिंदी का टीचर से वो हनुमान की उपासना करता पूरे कितने क्लास के पढ़ाते कोई हनुमान का शब्द पै तो बाबा जी ने खड़े हो गए जेडे उन्होंने हनुमान चालीसा को पढ़ लिता सारे तो कहना कि यह कि हो सकता कि एक बच्चा असी हिंदू धर्म के मतलब हिंदी का मास्टर होने कारण उसकी नॉलेज बड़ी डूबी सी असी मूल जबानी नहीं इन्ना पढ़ सकते एक बच्चा पढ़ रहा जिन्हें कितों भी नहीं पढ़िया वो भी सिख पढ़ता उन्हें इस गल की द्रोहता की परिवार को शिकायत आई। लेकिन गल छोटी करा कुछ दिन बाद महापुरखा ने उन्होंने कहा कि जो तुम स्टेज पर पढ़ाने तो मैंने हनुमान जी के दर्शन होंगे तो कहें मैनू तो इन्ना समा हो गया करते मैं तो होंगे नहीं इन्होंने उन्होंने भी करवाया कि उन्होंने उतने के लोग जो सरौती से रहने वाले उस समय के लोग हैं वो इस गल को जागरूक हुए। उस तो बाद ऐसा मोड़ आया कि बाबा जी स्कूल तो आते अपना झोला उसे सुबह लस्सी जी सी खाली सी उसके बच्चे सुटे सुट के घर आए हम घर के अंदर कहते ताया जी अमर सिंह जी सी उन्होंने अंदर बुरा एक तजुबा कि मैं इन्हों बच्चों क्योंकि वह आर्मी चो आए थे पढ़ा है मैं इन्होंने कुछ विद्या दिलाई है इसलिए वो थोड़े जे सख्त सुभा के नाल बाबा जी को यह कोशिश करते रहे कि मैं इन्होंने कुछ विद्या दिलाई है। जो बाबा जी कोई पढ़ाई तो बाहर की गल करते इन्होंने ताया जी बड़ी सख्ती मानते उन्होंने को शब्द होता कि यह बच्चा पखंड करता यह पढ़ना नहीं चाहता। चलो जी घर आए बाबा जी तो माता जी ने पूछा कि तुरा दसते किताबा कितने ने कहते मैं सूए के सुटिया कहते क्यों सुनी है कहते कोई चिट्टे कपड़े वाला मैं पै गया से तेरा समा आ गया तू सुन ले तेन इस पढ़ाई की लोड़ नहीं हैगी। फिर बाबा जी कितों कराम सुनते कितों गुरु ग्रंथ साहब सारा सुनते कितों सू महाभारत ग्रहण हरि उपदेश किनिया मैं ग्रंथा के नाम बायोग्राफी उन्होंने सामू स्वामी रामानंद जी की उन्होंने बड़ा शौक से जलों माता बेटे अपने बेटे बाबा जी को अपने नानके घर पहुँच गए
ਤੇ ਉਹਨਾਂ ਨੇ ਆਕੇ ਦੱਸਿਆ ਕਿ ਪਾਪਾ ਇਦਾਂ ਖਰਾਬ ਕਰਦਾ ਵੀ ਤੇਰੇ ਤਾਇਆ ਨੂੰ ਬੜੇ ਔਖੇ ਨੇ ਫਾਦਰ ਨੇ ਜਿਹੜੇ ਡੈਡੀ ਉਹ ਬੜੇ ਔਖੇ ਨੇ ਤੇ ਆਪਾਂ ਅੱਗੇ ਕੀ ਕੀਤਾ ਜਾਵੇ ਤਾਂ ਉਦੋਂ ਫਿਰ ਇਹਨਾਂ ਨੇ ਇੱਥੇ ਜੋ ਮੌਕਾ ਦਿੱਤਾ ਹੈ ਇੰਨਾ ਸਮਾਂ ਨਹੀਂ ਮੈਂ ਸ਼ੋਰਟ ਦੇ ਵਿੱਚ ਹੀ ਦੱਸ ਦਿੰਦਾ ਕਿ ਕਿਸੇ ਪਿੰਡ ਦੇ ਇਹਨਾਂ ਦੇ ਮਾਮਾ ਜੀ ਦੇ ਚਾਚਾ ਜੀ ਸੰਦੂਕ ਸਿੰਘ ਦਾ ਬੇਟਾ ਗੁਰਦੇਵ ਸਿੰਘ ਹੁੰਦਾ ਸੀ ਥੋੜ੍ਹਾ ਜਿਹਾ ਸਿਰ ਦੇ ਰੁੱਖ ਘੁੰਮਾਉਂਦੇ ਸੀ ਕਹਿੰਦੇ ਉਹਨੇ ਆ ਕੇ ਕਿਹਾ ਕਹਿੰਦੇ ਵੀ ਇੱਥੇ ਰਾਮ ਬਾਗ ਦੇ ਵਿੱਚ ਮਹਾਤਮਾ ਰਹਿੰਦੇ ਤੇ ਸੱਚ ਪੁੱਛੋ ਤਾਂ ਬਾਬਾ ਨਰਸ ਸਿੰਘ ਹੀ ਰਹਿੰਦੇ ਹੁਣ ਇਹ ਸ਼ਬਦ ਕਿਹਾ ਤੇ ਇਹਨਾਂ ਦਾ ਮਾਮਾ ਪ੍ਰੀਤਮ ਸਿੰਘ ਜਦੇ ਰਾਮ ਬਾਗ ਨੂੰ ਚਲੇ ਗਿਆ ਉੱਥੇ ਬਾਬਾ ਜੀ ਨੂੰ ਮਿਲਿਆ ਬਾਬਾ ਹਰਿਦਾਸ ਸਿੰਘ ਜੀ ਉੱਥੇ ਰਹਿੰਦੇ ਸਨ ਤੇ ਬਾਬਾ ਖੇਮ ਸਿੰਘ ਜੀ ਵਿੱਚ ਰਹਿੰਦੇ ਸਨ ਦੋਨੋਂ ਇਕੱਠੇ ਹੀ ਰਹਿੰਦੇ ਸੀ ਰਾਮ ਬਾਗ ਦੇ ਵਿੱਚ ਤੇ ਅਕਸਰ ਕਦੇ ਕਦੇ ਬਿਜਲੀ ਸਮ ਬਾਬਾ ਸੁਜਾਤ ਸਿੰਘ ਜੀ ਪਾਸ ਨੂੰ ਚਲੇ ਜਾਂਦੇ ਸੀ ਤੇ ਉਹਨਾਂ ਨੇ ਜਦੋਂ ਬਾਬਾ ਹਰਿਦਾਸ ਸਿੰਘ ਜੀ ਦੱਸਿਆ ਜਾ ਕੇ ਕਿ ਸਾਡੇ ਬੱਚਾ ਉਹਨੂੰ ਪਸੰਦ ਹੋ ਗਿਆ ਤੇ ਉਹ ਕਹਿੰਦੇ ਵੀ ਅਸੀਂ ਬਾਬਾ ਅਜੀਤ ਸਿੰਘ ਕਲੇਰਾਂ ਤੋਂ ਸੀ ਤੇ ਉਹਨਾਂ ਨੂੰ ਭੇਜਦਾ ਵੀ ਤੁਹਾਡੇ ਨਾਲ ਭੇਜਦੇ ਹਾਂ ਇਹ ਬੱਚੇ ਨੂੰ ਲੈ ਆਓ ਚਲੋ ਜੀ ਮਾਮਾ ਬੁਲਾਇਆ ਵਾਪਸ ਬੱਚੇ ਨੂੰ ਲੈ ਕੇ ਪੰਜ ਚਾਰ ਮਹਿਮਾਨਾਂ ਨਾਲ ਹੋ ਗਈਆਂ ਮਹਾਂਪੁਰਖਾਂ ਦੇ ਦਰਸ਼ਨ ਕਰਾਂਗੇ ਬਾਬਾ ਜੀ ਕੋਲ ਹੋ ਗਿਆ ਤੇ ਉਹਨਾਂ ਨੇ ਆਪਣੇ ਮੋਢਿਆਂ 'ਤੇ ਬਿਠਾਇਆ ਅਤੇ ਉਹ ਕਹਿੰਦੇ ਇਹ ਭੱਜ ਨਾ ਜਾ ਇਹਦੀ ਨਿਗਾਹ ਰੱਖਣੀ ਹੈ ਵੀ ਆਪਾਂ ਇਹਨੂੰ ਮਹਾਂਪੁਰਖਾਂ ਤੱਕ ਲੈ ਕੇ ਜਾਣਾ ਅਤੇ ਉਹ ਜਦੋਂ ਅੱਧ ਟੱਪ ਕੇ ਉਹਨਾਂ ਨੇ ਮੋਢੇ ਤੋਂ ਲਾਇਆ ਕਹਿੰਦੇ ਬਾਬਾ ਜੀ ਅੱਗੇ ਵੀ ਆਪ ਹੀ ਪੁੱਜੇ ਇੰਨੀ ਫਿੱਟ ਉਹਨਾਂ ਦੇ ਅੰਦਰ ਅਤੇ ਜਦੋਂ ਪਹੁੰਚੇ ਉੱਥੇ ਉੱਥੇ ਬੜਾ ਲੰਬਾ ਸਮਾਂ ਵਿਚਾਰ ਹੋਇਆ ਪਰ ਜੋ ਸ਼ੋਰਟ ਦੇ ਵਿੱਚ ਹੋਇਆ ਉਹ ਕੀ ਵਾਪਰਿਆ ਉਹ ਇਹ ਵਾਪਰਿਆ ਕਿ ਬਾਬਾ ਹਰਿਦਾਸ ਸਿੰਘ ਜੀ ਨੇ ਦੇਖ ਲਿਆ ਮੈਂ ਕਹਿੰਦੇ ਬੁਲਾਇਆ ਲਿਆ ਕੇ ਮਾਤਾ ਨੂੰ ਵੀ ਬੁਲਾ ਲਿਆ ਕਹਿੰਦੇ ਇੱਥੇ ਮਿਲੇ ਅਤੇ ਹੁਕਮਨਾਮਾ ਲਿਆ ਹੁਕਮਨਾਮਾ ਆਇਆ ਜਾ ਕੋ ਹਾਰਾ ਮਿਲਾ ਕੇ ਇਸ ਯੁੱਗ ਮੈਂ ਸੋ ਕਹੀ ਰੱਖਿਆ ਸੋਗਾ ਅਤੇ ਬਾਬਾ ਜੀ ਕਹਿੰਦੇ ਵੀ ਬੀਬੀ ਤੁਹਾਨੂੰ ਅਰਦਾਸ ਕਰਨੀ ਪੈਣੀ ਹੈ ਕਹਿੰਦੇ ਜੀ ਕੀ ਅਰਦਾਸ ਕਰਨੀ ਹੈ ਇਹ ਬੱਚਾ ਕਹਿੰਦੇ ਇੱਥੇ ਚੜ੍ਹਾ ਕੇ ਸਾਡੇ ਕੋਲ ਸਾਡੇ ਕੋਲ ਛੱਡ ਕੇ ਉਹਨੂੰ ਇੱਥੇ ਚੜ੍ਹਾ ਲਓ ਬਾਬਾ ਜੀ ਦੀ ਮਾਤਾ ਘਰ ਦੇ ਵਿੱਚ ਕੰਮ ਕਰਦੇ ਸੀ ਬਾਬਾ ਜੀ ਉਹ ਇਸ ਕੰਮ ਨੂੰ ਮੰਨੇ ਜਦੋਂ ਉਹ ਮੰਨੇ ਤਾਂ ਬਾਬਾ ਜੀ ਦੀ ਨਾਨੀ ਨੇ ਗ੍ਰੋਤਾ ਕਰ ਦਿੱਤੀ ਉਹ ਕਹਿੰਦੀ ਕਿ ਤੂੰ ਅਸੀਂ ਤਾਂ ਜੇ ਇੱਥੇ ਜ਼ਿਆਦਾ ਦੇ ਡੇਰੇ ਛੱਡਿਆ ਤੇਰਾ ਪਰਿਵਾਰ ਪਿੱਛੇ ਕੀ ਕਰੂਗਾ ਵੀ ਭੇਜਿਆ ਸੀ ਬੇਟੇ ਅਤੇ ਮੁੰਡਾ ਸਾਡਾ ਇਹਨਾਂ ਨੇ ਪੜ੍ਹਾਉਣਾ ਤਾਂ ਕੀ ਸੀ ਉਹਨੂੰ ਤਾਂ ਬਾਬਿਆਂ ਨੇ ਛੱਡਿਆ ਅਤੇ ਇਸ ਤਰ੍ਹਾਂ ਦੀ ਘਟਨਾ ਦੇ ਵਿੱਚ ਉਹਨਾਂ ਨੇ ਅਰਦਾਸ ਜਦੋਂ ਕਰਨ ਨੂੰ ਕਿਹਾ ਤਾਂ ਉਹਨਾਂ ਦੀ ਮਾਤਾ ਨੇ ਇੱਕ ਸ਼ਬਦ ਕਿਹਾ ਸੀ ਕਹਿੰਦੀ ਬਾਬਾ ਜੀ ਜਿਵੇਂ ਇਹ ਕਰਦਾ ਇਹਨੇ ਕਿਸੇ ਖੂਹ ਟੋਕੇ ਪੈ ਕੇ ਇਹਨੇ ਤਾਂ ਕੁਛ ਹੋ ਜਾਣਾ ਮੈਨੂੰ ਜਾਣਾ ਪੈਣਾ ਤੁਹਾਡੇ ਕੋਲ ਰਹੂਗਾ ਕਮ ਸੇ ਕਮ ਇਹ ਜਿਉਂਦਾ ਰਹੂਗਾ ਅਤੇ ਕਮ ਸੇ ਕਮ ਮੈਂ ਇਹਨੂੰ ਮਿਲਦੀ ਰਹੂੰਗੀ ਤੁਸੀਂ ਰੱਖ ਲਓ ਫਿਰ ਉੱਥੇ ਉਹ ਅਰਦਾਸ ਕੀਤੀ ਇਸ ਤਰ੍ਹਾਂ ਮਹਾਂਪੁਰਖਾਂ ਦਾ ਮਿਲਾਪ ਉਹਨਾਂ ਦੇ ਗੁਰੂ ਨਾਲ ਹੋਇਆ ਫਿਰ ਇਸ ਤੋਂ ਬਾਅਦ ਮੈਂ ਸੰਖੇਪ ਦੇ ਵਿੱਚ ਹੀ ਬਾਬਾ ਜੀ ਦੇ ਜੀਵਨ ਦਾ ਵਰਤਾਂਤ ਕਰਦਾ ਹਾਂ ਉਸ ਤੋਂ ਬਾਅਦ ਬਾਬਾ ਜੀ ਨੇ ਇੱਥੇ ਆ ਕੇ ਆਪਣੇ ਮੌਲੀ ਸਾਹਿਬ ਜਿੰਨੀ ਸੰਗਤ ਸੀਗੀ ਬਾਬਾ ਜੀ ਦੀ ਉਹਨੂੰ ਸਾਰੀ ਨੂੰ ਬਾਬਾ ਜੀ ਪਰਿਵਾਰ ਹੀ ਮੰਨਦੇ ਸਨ ਉਹ ਬਾਬਾ ਜੀ ਦਾ ਪਰਿਵਾਰ ਸੀ ਪੂਰੀ ਸੰਗਤ ਪ੍ਰੰਤੂ ਕੁਝ ਸਮੇਂ ਬਾਅਦ ਬਾਬਾ ਜੀ ਨੇ ਗ੍ਰਸਥ ਜੀਵਨ ਧਾਰਨ ਕਰ ਲਿਆ ਉਹਨਾਂ ਦੇ ਜੀਵਨ ਵਿੱਚ ਮਾਤਾ ਜਸਵਿੰਦਰ ਕੌਰ ਜੀ ਆਏ ਅਤੇ ਬਾਬਾ ਜੀ ਦੇ ਦੋ ਬੱਚੀਆਂ ਦੋ ਬੇੜੀਆਂ ਹੋਈਆਂ ਜਿਹਨਾਂ 'ਚੋਂ ਇੱਕ ਯੂਕੇ 'ਚ ਰਹਿੰਦੇ ਨੇ ਇੱਕ ਅੱਜ ਤੱਕ ਕਿਸੇ ਸਥਾਨ ਦੀ ਸੇਵਾ ਕਰਦੇ ਅਤੇ ਇਸ ਤਰ੍ਹਾਂ ਬਾਬਾ ਜੀ ਦਾ ਇੱਕ ਪਰਿਵਾਰ ਸੰਗਤ ਸੀ ਅਤੇ ਇੱਕ ਪਰਿਵਾਰ ਬਾਬਾ ਜੀ ਦਾ ਦੂਜਾ ਪਰਿਵਾਰ ਜਿਹੜਾ ਹੋਇਆ ਉਹ ਬਾਬਾ ਜੀ ਗ੍ਰਸਥੀ ਹੋ ਕੇ ਬਾਬਾ ਜੀ ਦਾ ਆਪਣਾ ਗ੍ਰਸਥ ਜੀਵਨ ਸ਼ੁਰੂ ਹੋ ਗਿਆ ਬਾਬਾ ਜੀ ਨੇ ਆਪਣੇ ਪਰਿਵਾਰ ਨੂੰ ਪਹਿਲੇ ਪਰਿਵਾਰ ਨੂੰ ਦੂਜੇ ਪਰਿਵਾਰ ਬਹੁਤ ਪਿਆਰ ਦਿੱਤਾ ਉਹਨਾਂ ਨੇ ਰਾਜੇ ਮਹਾਰਾਜੇ ਨੂੰ ਖੂਬ ਪਿਆਰ ਦਿੱਤਾ ਪਰੰਤੂ ਉਹ ਮਿਸ਼ਨਰੀ ਸਨ ਉਹਨਾਂ ਦੇ ਅੰਦਰ ਇੱਕ ਮਿਸ਼ਨ ਸੀ ਜਿਹੜਾ ਉਹਨਾਂ ਨੂੰ ਰੋਕ ਨਹੀਂ ਸੀ ਰਿਹਾ ਨਹੀਂ ਕੋਈ ਲੋੜ ਨਹੀਂ ਸੀ ਹਿੰਦੁਸਤਾਨ ਦਾ ਭਰਮਣ ਕਰਨ ਦੀ ਕੋਈ ਲੋੜ ਨਹੀਂ ਸੀ ਅਮੈਰੀਕਾ ਜਾਣ ਦੀ ਕੋਈ ਲੋੜ ਨਹੀਂ ਸੀ ਏਸ਼ੀਅਨ ਕੰਟਰੀਆਂ ਜਾਣ ਦੀ ਕਿਉਂ ਕਿਉਂਕਿ ਜਦੋਂ ਮਿਸ਼ਨ ਅੰਦਰ ਹੁੰਦਾ ਉਹ ਜੀਵਨ ਦੇ ਵਿੱਚ ਕੁਝ ਵੀ ਦਿਖਾਈ ਨਹੀਂ ਦਿੰਦਾ ਪਤਾ ਹੀ ਮਿੰਟ ਪੰਜ ਹੋਰ ਲੱਗਣਗੇ ਕੋਈ ਫਰਕ ਨਹੀਂ ਪੈਣਾ ਸੰਗਤ ਨੂੰ ਪੰਜ ਮਿੰਟ ਜਿਹੜੀ ਗੱਲ ਹੈ ਬਾਬਾ ਜੀ ਦੀ ਜਾਂ ਮੇਰੀ ਤਾਂ ਕੋਈ ਗੱਲ ਹੀ ਨਹੀਂ ਤਾਂ ਮੇਰੇ ਤੋਂ ਪਲੀਜ਼ ਅਤੇ ਬਾਬਾ ਜੀ ਦੇ ਮਿਸ਼ਨ ਦੇ ਵਿੱਚ ਮੈਂ ਇੱਕ ਗੱਲ ਸ਼ੌਕ ਹੋਰ ਨੇੜੇ ਲੱਗਦਾ ਕਿ ਬਾਬਾ ਜੀ ਦਾ ਇੱਕ ਤੀਜਾ ਪਰਿਵਾਰ ਹੋਂਦ ਵਿੱਚ ਆ ਗਿਆ ਪਹਿਲਾ ਪਰਿਵਾਰ ਸੰਗਤ ਦੂਜਾ ਪਰਿਵਾਰ ਬਾਬਾ ਜੀ ਗ੍ਰਸਥੀ ਹੋ ਗਏ ਤੀਜਾ ਪਰਿਵਾਰ ਬਾਬਾ ਜੀ ਦਾ ਸੀਗਾ ਉਹਨਾਂ ਦੇ ਮਿਸ਼ਨ ਨਾਲ ਸੰਬੰਧਿਤ ਉਹਨਾਂ ਨੇ ਪਾਵਨਿਸ਼ਟ ਬਣਾਉਣੇ ਸ਼ੁਰੂ ਕਰ ਲਏ ਇੱਥੋਂ ਤੱਕ ਬਾਬਾ ਜੀ ਨੇ ਸੋਚਿਆ ਕਿ ਆਪਣੇ ਗ੍ਰਸਥੀ ਜੀਵਨ 'ਚੋਂ ਆਪਣੇ ਬੱਚਿਆਂ ਨੂੰ ਆਪਣੀ ਪਤਨੀ ਨੂੰ ਉਹਨਾਂ ਨੂੰ ਵੀ ਪਾਵਨਿਸ਼ਟ ਬਣਾ ਲਿਆ ਉਹਨਾਂ ਨੇ ਉਹਨੂੰ ਗ੍ਰਸਥੀ ਜੀਵਨ ਨੂੰ ਵੀ ਪਾਵਨਿਸ਼ਟ ਦੇ ਵਿੱਚ ਚੇਂਜ ਕਰ ਲਿਆ ਅਤੇ ਜੇ ਅੱਜ ਬਾਬਾ ਨਰਸਿੰਘ ਸਿੰਘ ਜੀ ਦਾ ਮਿਸ਼ਨ ਸੀ ਸ਼ਬਦ ਮਾਨਕ ਸਾਹਿਬ ਦੁਨੀਆਂ ਦੇ ਹਰੇਕ ਦੇਸ਼ ਵਿੱਚ ਚਲੇ ਜਾਓ ਤੇ ਤੁਹਾਨੂੰ ਮਾਨਕ ਸਾਹਿਬ ਸ਼ਬਦ ਮਾਨ ਲਿਆ ਤਾਂ ਮਿਲ ਜਾਓ
ਤੇ ਬਾਬਾ ਜੀ ਦਾ ਮਿਸ਼ਨ ਸੀਗਾ ਪਾਮੋਸ਼ਨ ਸਾਰੇ ਪਾਮੋਸ਼ਨ ਦੇ ਇਕੱਠੇ ਨੇ ਕੋਈ ਜਾਣਦੇ ਨਹੀਂ ਮੈਂ ਨਹੀਂ ਤਾਂ ਦੱਸ ਸਕਦਾ ਉਹ ਮੇਰੇ ਤੋਂ ਜ਼ਿਆਦਾ ਜਾਣਦੇ ਨੇ ਕਿ ਕਿਵੇਂ ਐਕਸਪਲੇਨ ਹੁੰਦਾ ਸ਼ਬਦ ਪਾਮੋਸ਼ਨ ਅਤੇ ਬਾਬਾ ਜੀ ਨੇ ਆਪਣੇ ਮਿਸ਼ਨ ਨੂੰ ਮੁੱਖ ਰੱਖਦੇ ਹੋਏ ਆਪਣੇ ਪਰਿਵਾਰ ਨੂੰ ਵੀ ਪਾਮੋਸ਼ ਬਣਾ ਲਿਆ ਅਤੇ ਵੱਖੋ ਵੱਖਰੇ ਪਾਮੋਸ਼ ਬਣਾ ਕੇ ਉਹਨਾਂ ਨੇ ਆਪਣੇ ਮਿਸ਼ਨ ਦੀ ਸ਼ੁਰੂਆਤ ਕਰ ਦਿੱਤੀ ਅਤੇ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਜਿੰਨੇ ਉਹਨਾਂ ਦੇ ਅੱਗੇ ਚਾਹੇ ਪਰਿਵਾਰ ਉਹਨਾਂ ਦਾ ਚਾਹੇ ਬਾਬਾ ਜੀਵਾ ਸਿੰਘ ਜੀ ਨੇ ਚਾਹੇ ਉਹਨਾਂ ਦੇ ਪਾਮੋਸ਼ ਨੇ ਸਭ ਦਾ ਫਰਜ਼ ਹੈ ਅੱਜ ਉਹਨਾਂ ਦੇ ਮਿਸ਼ਨ ਨੂੰ ਅੱਗੇ ਚਲਾਉਣਾ ਅਤੇ ਜਿਹੜਾ ਮਿਸ਼ਨ ਤੋਂ ਬਾਅਦ ਜਾਂ ਮਿਸ਼ਨ ਦੇ ਲਈ ਨਹੀਂ ਜਾਂਦਾ ਆਪਣੇ ਆਪ ਹੀ ਜਾਂਦਾ ਫਿਰ ਆਪਾਂ ਆਪਦੇ ਨਾਲ ਸਮਝੋ ਕਿ ਗੁਰੂ ਨਾਲ ਆਪਣੇ ਪਿਆਰ ਦੀ ਕਮੀ ਹੈ ਲੇਕਿਨ ਆਪਾਂ ਸਾਰਿਆਂ ਨੇ ਰਲ ਕੇ ਉਸ ਮਿਸ਼ਨ ਨੂੰ ਚਲਾਉਣਾ ਹੈ ਕਿਉਂਕਿ ਮਹਾਂਪੁਰਖਾਂ ਨੇ ਸ਼ਬਦ ਪਾਮੋਸ਼ ਦਿੱਤਾ ਪਾਮੋਸ਼ ਬਣਾਉਂਦੇ ਵੱਖੋ ਵੱਖਰੇ ਨਾਮ ਵੀ ਦਿੱਤੇ ਹੋਏ ਨੇ ਕਿ ਕਿਸੇ ਨੂੰ ਕਥਾ ਦੀ ਡਿਊਟੀ ਦੇਤੀ ਕਿਸੇ ਨੂੰ ਕੀਰਤਨ ਦੀ ਦੇਤੀ ਕਿਸੇ ਨੂੰ ਸੇਵਾ ਦੀ ਦੇਤੀ ਕਿਸੇ ਨੂੰ ਮਹਿਤਾ ਦੇਤੀ ਕਿਸੇ ਨੂੰ ਇੱਥੇ ਲੰਗਰ ਦੀ ਸੇਵਾ ਦੇਤੀ ਅਲੱਗ ਅਲੱਗ ਜਗ੍ਹਾ 'ਤੇ ਉਹਨਾਂ ਨੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਇਹ ਇੱਕ ਬੀਜ ਬੋਇਆ ਉਹਨਾਂ ਨੇ ਜਿਵੇਂ ਬਾਬਾ ਨਾਨਕ ਸਿੰਘ ਮਹਾਰਾਜ ਜੀ ਦੇ ਜਿੰਨੇ ਵੀ ਨੇਕ ਸੇਵਾਦਾਰ ਸੀ ਮਹਾਤਮਾ ਹੋ ਕੇ ਨਿਕਲੇ ਇਸੇ ਤਰ੍ਹਾਂ ਇਹਨਾਂ ਮਹਾਂਪੁਰਸ਼ਾਂ ਦਾ ਇੱਕ ਇੱਕ ਪਾਮੋਸ਼ ਉੱਚ ਕੋਟੀ ਦਾ ਮਹਾਤਮਾ ਬਣਨ ਦੀ ਸਮਰੱਥਾ ਰੱਖਦਾ ਹੈ ਲੇਕਿਨ ਇੱਕ ਗੱਲ ਹੈ ਉਹ ਆਪਣੇ ਅੰਦਰ ਸੇਵਾ ਸਿਮਰਨ ਅਤੇ ਤੀਜੀ ਚੀਜ਼ ਹੁੰਦੀ ਹੈ ਜਿਹੜੀ ਉਹ ਹੁੰਦੀ ਹੈ ਆਸਤਿਕਤਾ ਜਿਹਦੇ 'ਚ ਅਸੀਂ ਹਮੇਸ਼ਾ ਕਮਜ਼ੋਰ ਰਹਿ ਜਾਂਦੇ ਹਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਦੁਨੀਆਂ 'ਚ ਜਿਹਨੂੰ ਮਰਜ਼ੀ ਪੁੱਛ ਲਓ 90% ਲੋਕ ਕਹਿੰਦੇ ਨੇ ਮੈਂ ਆਸਤਿਕ ਹਾਂ ਮੈਂ ਰੱਬ ਨੂੰ ਮੰਨਦਾ ਵਾਸਤਵ ਦੇ ਵਿੱਚ ਅਸੀਂ ਉੱਥੇ ਆਸਤਿਕ ਨਹੀਂ ਹੁੰਦੇ ਇਹ ਵੀ ਆਪਾਂ ਐਕਸਪਲੇਨ ਨਹੀਂ ਕਰਨਾ ਪਰੰਤੂ ਇਹ ਤਿੰਨ ਚੀਜ਼ਾਂ ਜਿਵੇਂ ਪਾਮੋਸ਼ ਤੋਂ ਲੈ ਕੇ ਚੱਲਾਂਗੇ ਉਹ ਛੋਟੇ ਛੋਟੇ ਬੀਜ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਮੋੜ ਬਣ ਜਾਣਗੇ ਅਤੇ ਮਹਾਂਪੁਰਖਾਂ ਦੇ ਆਪਣੇ ਬਚਨ ਨੇ ਜਦੋਂ ਉਹ ਪੜ੍ਹਾਉਂਦੇ ਸੀ ਸਾਨੂੰ ਉਹ ਕਿਤਾਬਾਂ ਵੱਖੋ ਵੱਖਰੇ ਧਰਮਾਂ ਨੇ ਉਹਨਾਂ ਨੇ ਕਦੇ ਕਿਸੇ ਧਰਮ ਬਾਰੇ ਨਹੀਂ ਕਿਹਾ ਉਹ ਕਹਿੰਦੇ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਾਂ ਪਰੰਤੂ ਦੁਨੀਆਂ ਦੇ ਜਿੰਨੇ ਧਰਮਾਂ ਦਾ ਗਿਆਨ ਤੁਸੀਂ ਦੇ ਸਕਦੇ ਹਾਂ ਤੁਹਾਡੇ ਲਈ ਚੰਗਾ ਅਤੇ ਇਸ ਤਰ੍ਹਾਂ ਬਾਬਾ ਜੀ ਨੇ ਆਪਣੇ ਮਿਸ਼ਨ ਨੂੰ ਰਿਹਾ ਮੇਰੇ ਤੋਂ ਪਹਿਲਾਂ ਮਹਾਂਪੁਰਖਾਂ ਨੇ ਇੱਕ ਪ੍ਰਾਣਮਈ ਸ਼ਬਦ ਪੜ੍ਹਿਆ ਸੀ ਕਿ ਬਾਬਾ ਜੀ ਦਾ ਜਿਹੜਾ ਵਿਛੋੜੇ ਦਾ ਦਰਦ ਹੈ ਇਹ ਸਹਿਣਾ ਔਖਾ ਹੈ ਅਤੇ ਮੈਂ ਵੀ ਸਮੇਂ ਨੂੰ ਦੇਖਦਾ ਹੋਇਆ ਧਾਰਨਾ ਪੜ੍ਹ ਕੇ ਸਮਾਪਤੀ ਕਰ ਦਿੰਦਾ ਅਤੇ ਨਹੀਂ ਤਾਂ ਇਹ ਸਮਾਂ ਪੂਰਾ ਨਹੀਂ ਹੋ ਸਕਦਾ ਕਿਉਂਕਿ ਮਹਾਂਪੁਰਖਾਂ ਦੇ ਨਾਲ ਬਿਤਾਇਆ ਸਮਾਂ ਉਹਨਾਂ ਦੇ ਨਾਲ ਜਿੰਨਾ ਸਮਾਂ ਗੁਜ਼ਾਰਿਆ ਉਹਨਾਂ ਦੇ ਇੱਕ ਇੱਕ ਮਿੰਟ ਵੀ ਉਹਨਾਂ ਦਾ ਇੱਕ ਕਰਤੱਵ ਸੀ ਇੱਕ ਕੌਤਕ ਸੀ ਅਤੇ ਉਹਨਾਂ ਦੇ ਮੁਕਾਬਲੇ ਦੇ ਮਹਾਂਪੁਰਖ ਇਸ ਸ੍ਰਿਸ਼ਟੀ 'ਤੇ ਸਾਨੂੰ ਤਾਂ ਦਿਖਾਈ ਨਹੀਂ ਦਿੰਦੇ ਅਤੇ ਪਰਮਾਤਮਾ ਜਾਣਦਾ ਕਿ ਹੈ ਕੀ ਅਤੇ ਮੈਂ ਧਾਰਨਾ ਪੜ੍ਹਨ ਲੱਗਿਆ ਉਸ ਤੋਂ ਬਾਅਦ ਸਮਾਪਤੀ ਕਰਦਾ ਕਿਉਂਕਿ ਬਾਬਾ ਜੀ ਦਾ ਜਿਹੜਾ ਦਰਦ ਹੈ ਕਿ ਪਿਆਰ ਮਾਇਆ ਤੋਂ ਨਹੀਂ ਸਿਆ ਜਾਂਦਾ ਇਹ ਦਰਦ ਘਟਣਾ ਨਹੀਂ ਹੈਗਾ ਇਹ ਸੱਚ ਹੈ ਇਹ ਦਰਦ ਜੇ ਡੂੰਘਾ ਹੁੰਦਾ ਚਲੇ ਜਾਣਾ ਹੋਰ ਡੂੰਘਾ ਹੋ ਜਾਣਾ ਹੁੰਦਾ ਸਮੇਂ ਦੇ ਵਿੱਚ ਪਰ ਆਪਣੇ ਆਪ ਸਮਰਥਾ ਦੇਣਗੇ ਮਹਾਂਪੁਰਸ਼ ਇਹ ਦਰਦ ਸਿਆ ਜਾਂਦਾ ਚੱਲ ਨਹੀਂ ਉਹ ਹੁੰਦਾ ਤੇਰਾ ਦਰਦ ਵਿਛੋੜੇ ਵਾਲਾ ਚੱਲ ਨਹੀਂ ਉਹ ਹੁੰਦਾ ਤੇਰਾ ਦਰਦ ਵਿਛੋੜੇ ਵਾਲਾ ਹੁੰਦਾ ਤੇਰਾ ਦਰਦ ਵਿਛੋੜੇ ਵਾਲਾ ਸਿੰਜ ਦੋ ਕਿਆ ਸਾਡੇ ਦਰਦ ਨੂੰ ਉਹ ਕੀ ਜਾਣੇ
वाहेगुरु जी का खालसा, वाहेगुरु जी की फतेह।